ਬਾਪ ਤੈ ਬੁਲਾਇਆ ਔਖਾ ਚੱਲਣਾ ਜੀ ਔਖਾ ਚੱਲਣਾ ਚੱਲਣਾ ਜੀ ਤੇਰੀ ਮਾਇਆ ਦਾ ਵਾਰ ਸਤਿਗੁਰ ਬਖਸ਼ੋ ਬਖਸ਼ੋ ਜੀ ਮੈਂ ਹਾਂ ਪਾਪੀ ਗੁਣਗਾਰ ਸਤਿਗੁਰ ਬਖਸ਼ੋ ਵਾਹਿਗੁਰੂ 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 ਜਪ ਵਾਹਿਗੁਰੂ 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 ਬਖਸ਼ੇਗਾ ਕੀਨੂੰ ਤੇਰੇ ਜਿਹਾ ਨਾ ਕੋਈ ਹੋਰ ਸਾਡੇ ਜਹੇ ਲੱਖਾ ਤੈਨੂੰ ਅਸੀਂ ਹੋਏ ਨਾ ਗੁਣਾਹੀ ਦਾਤਾ ਬਖਸ਼ੇਗਾ ਕੀਨੂੰ ਤੇਰੇ ਜਿਹਾ ਨਾ ਕੋਈ ਹੋਰ ਸਾਡੇ ਜਹੇ ਲੱਖਾ ਤੈਨੂੰ ਕਿਰਪਾ ਕਰਦੇ ਨਹੀਂ ਬੇੜੀ ਡੁੱਬ ਜੂ ਮੱਝਦਾਰ ਸਤਿਗੁਰ ਬਖਸ਼ੋ ਬਖਸ਼ੋ ਜੀ ਮੈਂ ਹਾਂ ਪਾਪੀ ਗੁਣਗਾਰ ਸਤਿਗੁਰ ਬਖਸ਼ੋ ਯਾਦ ਕਿਉਂ ਨਹੀਂ ਆਇਆ ਮੇਰਾ ਵਾਲਿਆ ਸਾਈਆਂ ਤੂੰ ਕੇਰਾ ਨਦਰਾਂ ਤਾਂ ਮਾਰ ਸਤਿਗੁਰ ਬਖਸ਼ੋ ਬਖਸ਼ੋ ਜੀ ਮੈਂ ਹਾਂ ਪਾਪੀ ਗੁਣਗਾਰ ਸਤਿਗੁਰ ਬਖਸ਼ੋ ਵਾਹਿਗੁਰੂ 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 ਤੇਰੇ ਚਰ
ਤੂੰ ਮਰ ਜਾਣਾ ਚੰਗਾ ਸਮਾਂ ਹੁੰਦਾ ਨੀ ਬਤੀਤ ਤੇਰੇ ਚਰਨਾਂ ਤੋਂ ਆਸੇ ਰਹਿ ਨਹੀਂ ਸਕਦਾ ਮਲਕੀਤ ਹੁਣ ਤਾਂ ਮੇਲੋ ਜੀ ਹੁਣ ਤਾਂ ਮੇਲੋ ਮੇਲੋ ਜੀ ਮੇਰਾ ਕਰ ਦਿਓ ਕਰਤਾਰ ਸਤਿਗੁਰ ਬਖਸ਼ੋ ਬਖਸ਼ੋ ਜੀ ਮੈਂ ਹਾਂ ਪਾਪੀ ਗੁਣਗਾਰ ਸਤਿਗੁਰ ਬਖਸ਼ੋ ਬਖਸ਼ੋ ਜੀ ਮੈਂ ਹਾਂ ਪਾਪੀ ਗੁਣਗਾਰ ਸਤਿਗੁਰ ਬਖਸ਼ੋ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਭਾਈ ਮਿਲੇ ਰਘੁਰਾਇਆ ਆਓ ਸਤਿਗੁਰਾਂ ਦੀ ਗੋਦ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਹਿਬ ਸੰਗਤ ਜੀਓ ਰਸਨਾ ਨੂੰ ਕਰੀਏ ਪਵਿੱਤਰ ਝੁਕਾਓ ਸਤਿਗੁਰਾਂ ਨੂੰ ਸੀਸ ਰਲ ਮਿਲ ਕੇ ਆਖ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਵਡਭਾਗੀ ਹੋ ਜੋ ਮਾਲਕ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦੁਆਰਾ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਬੈਠ ਕੇ ਉਹ ਦੋ ਰਸਤਿਆਂ ਦਾ ਉਹ ਦੋ ਮਾਰਗਾਂ ਦਾ ਭੇਤ ਲੈ ਰਹੇ ਹੋ ਜਿਹੜਾ ਗੁਰਬਾਣੀ ਦੇ ਵਿੱਚ ਸਾਨੂੰ ਗਿਆਨ ਦਿੱਤਾ ਕਹਿੰਦੇ ਇੱਕ ਰਸਤਾ ਹੈ ਗੁਰਮੁਖੋ ਲਿਵ ਦਾ ਦੂਜਾ ਹੈ ਗੁਰਮੁਖੋ ਧਾਤ ਦਾ ਬਾਣੀ ਦੇ ਵਿੱਚ ਸਾਨੂੰ ਇਹ ਦੋ ਮਾਰਗ ਸਮਝਾਏ ਲਿਵ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ ਇਹ ਦੋ ਰਸਤੇ ਨੇ ਜਿਹੜਾ ਗੁਰਮੁਖਾਂ ਨੇ ਸਾਨੂੰ ਗੁਰਬਾਣੀ ਰਾਹੀਂ ਦੱਸਿਆ ਲਿਵ ਦੇ ਰਸਤੇ 'ਤੇ ਗੁਰਮੁਖੋ ਸਤਿਗੁਰ ਜੀ ਕਹਿੰਦੇ ਨੇ ਉਹ ਜੀਵ ਚੱਲਦੇ ਨੇ ਜਿਹੜੇ ਜੀਵ ਵੱਡਿਆਂ ਭਾਗਾਂ ਵਾਲੇ ਨੇ ਕਿਉਂਕਿ ਇਸ ਲਿਵ ਦੇ ਮਾਰਗ ਨੂੰ ਸੰਤ ਮਾਰਗ ਵੀ ਕਿਹਾ ਜਿੱਥੇ ਵਿਰਲੇ ਵਿਰਲੇ ਜੀਵ ਚੱਲਦੇ ਨੇ ਸਤਿਗੁਰੂ ਜੀ ਪਾਵਨ ਬਾਣੀ ਦੇ ਵਿੱਚ ਗਿਆਨ ਦੇ ਰਹੇ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ ਜਿਹੜੇ ਇਸ ਰਸਤੇ 'ਤੇ ਚੱਲਦੇ ਨੇ ਇਹ ਮਾਰਗ 'ਤੇ ਚੱਲਦੇ ਨੇ ਗੁਰਮੁਖੋ ਫਿਰ ਸਤਿਗੁਰੂ ਜੀ ਕਹਿੰਦੇ ਉਹ ਮਿੱਠੇ ਬਚਨ ਬੋਲਦੇ ਨੇ ਉਹ ਪਿਆਰ ਦੇ ਬਚਨ ਬੋਲਦੇ ਨੇ ਜਿਸ ਮਿੱਠੇ ਬਚਨ ਬੋਲਣ ਦੇ ਨਾਲ ਜਿਸ ਪਿਆਰ ਦੇ ਬਚਨ ਬੋਲਣ ਦੇ ਨਾਲ ਸਤਿਗੁਰ ਜੀ ਕਹਿੰਦੇ ਉਹਨਾਂ ਦਾ ਉਸ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਹੋ ਜਾਂਦਾ ਜਿਹੜੇ ਲਿਵ ਦੇ ਮਾਰਗ 'ਤੇ ਤੁਰੇ ਗੁਰਮੁਖੋ ਉਹ ਸਤਿਗੁਰ ਜੀ ਕਹਿੰਦੇ ਸੁਹਾਗਣਾ ਬਣ ਗਈਆਂ ਉਹ ਸੁਹਾਗਣਾ ਨੂੰ ਅਸੀਂ ਪੁੱਛਦੇ ਹਾਂ ਤੁਸੀਂ ਕਿਵੇਂ ਮਾਲਕ ਨਿਰੰਕਾਰ ਨੂੰ ਖੁਸ਼ ਕੀਤਾ ਉਹ ਫਿਰ ਸਤਿਗੁਰ ਦੀ ਬਾਣੀ ਦੇ ਰਾਹੀਂ ਗਿਆਨ ਦਿੰਦੇ ਕਹਿੰਦੇ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਕਿੰਨਾ ਗੁਣਾਂ 'ਤੇ ਉਹਦੇ ਆਧਾਰ 'ਤੇ ਉਸ ਵਾਹਿਗੁਰੂ ਨੂੰ ਖੁਸ਼ ਕੀਤਾ ਉਹ ਫਿਰ ਬੜੇ ਪਿਆਰ ਦੇ ਨਾਲ ਉੱਤਰ ਦੇ ਰਹੇ ਕਹਿੰਦੇ ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ ਜਦੋਂ ਅਸੀਂ ਮਿੱਠੇ ਬੋਲ ਬੋਲੇ ਉਹ ਪਤੀ ਸਾਡਾ ਖੁਸ਼ ਹੋ ਗਿਆ ਉਹ ਮਾਲਕ ਸਾਡਾ ਖੁਸ਼ ਹੋ ਗਿਆ ਉਸ ਵਾਹਿਗੁਰੂ ਦੇ ਨਾਲ ਸਾਡਾ ਪਿਆਰ ਪੈ ਗਿਆ ਮਿੱਠੇ ਬੋਲ ਬੋਲਣ ਦੇ ਨਾਲ ਜਿਹੜਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਗਿਆਨ ਦੇ ਰਹੇ ਕਹਿੰਦੇ ਮੋਹ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ ਇਹੋ ਜਿਹੇ ਕਹਿੰਦੇ ਬੋਲ ਬੋਲੋ ਇਹੋ ਜਿਹੇ ਮਿੱਠੇ ਗੁਣ ਗਾਓ ਜਿਹਦੇ ਗੁਣ ਗਾਉਣ ਦੇ ਨਾਲ ਤੁਹਾਡਾ ਉਸ ਅਕਾਲ ਪੁਰਖ ਪਿਤਾ ਪਰਮੇਸ਼ਰ ਦੇ ਨਾਲ ਪਿਆਰ ਪੈ ਜਾਂਦਾ ਅਤੇ ਪਿਆਰ ਪੈਂਦਾ ਗੁਰਮੁਖੋ ਲਿਵ ਦੇ ਮਾਰਗ 'ਤੇ
ਦੂਜਾ ਮਾਰਗ ਸਤਿਗੁਰ ਦੀ ਬਾਣੀ ਦੇ ਵਿੱਚ ਸਾਨੂੰ ਦੱਸਿਆ ਧਾਤ ਦਾ, ਜਿੱਤੇ ਗੁਰਮੁਖੋ ਮਨਮੁਖ ਜੀਵ ਚੱਲਦਾ, ਜਿਹਦੇ ਤੇ ਸਾਕਤ ਚੱਲਦਾ, ਪਾਪੀ ਚੱਲਦਾ, ਜਿਹੜਾ ਪੰਜਾਂ ਦੀ ਮਤ ਨੂੰ ਧਾਰਨ ਕਰਕੇ ਉਹ ਸਤਿਗੁਰਾਂ ਦੇ ਕਹਿੰਦੇ ਵੀ ਬਚਨ ਨਹੀਂ ਬੋਲਦਾ, ਉਹ ਮਿੱਠੇ ਬਚਨ ਨਹੀਂ ਬੋਲਦਾ, ਉਹ ਕੌੜੇ ਬਚਨ ਬੋਲਦਾ, ਫਿੱਕੇ ਬਚਨ ਬੋਲਦਾ। ਅਤੇ ਸਤਿਗੁਰ ਜੀ ਕਹਿੰਦੇ ਜਦੋਂ ਅਸੀਂ ਗੁਰਮੁਖੋ ਫਿੱਕੇ ਬਚਨ ਬੋਲਦੇ ਹਾਂ, ਨਾਮ ਤੋਂ ਬਗੈਰ ਗੁਰਮੁਖੋ ਸਾਰੇ ਹੀ ਫਿੱਕੇ ਬਚਨ ਨੇ, ਨਾਮ ਤੋਂ ਬਗੈਰ ਜੋ ਵੀ ਅਸੀਂ ਬੋਲਦੇ ਹਾਂ ਸਤਿਗੁਰ ਜੀ ਕਹਿੰਦੇ ਵਿਕਾਰ ਹੈ, ਬਿਨ ਨਾਵੈ ਬੋਲੇ ਸਭ ਵਿਕਾਰ। ਇਹ ਵਾਹਿਗੁਰੂ ਸ਼ਬਦ ਤੋਂ ਜੋ ਅਸੀਂ ਲਹਿਦਾ ਸ਼ਬਦ ਬੋਲਦੇ ਹਾਂ, ਕੱਚੀ ਬਾਣੀ ਬੋਲਦੇ ਹਾਂ, ਇਹ ਗੁਰਮੁਖੋ ਸਤਿਗੁਰ ਜੀ ਕਹਿੰਦੇ ਨੇ ਵਿਕਾਰ ਬੋਲਦੇ ਹੋ, ਕੂੜ ਦੇ ਬਚਨ ਬੋਲਦੇ ਹੋ। ਅਤੇ ਜਦੋਂ ਧਾਤ ਦੇ ਮਾਰਗ 'ਤੇ ਚੱਲ ਕੇ ਤੁਸੀਂ ਕੂੜ ਦੇ ਬਚਨ ਬੋਲਦੇ ਹੋ, ਸਤਿਗੁਰ ਜੀ ਕਹਿੰਦੇ ਹੋਰ ਕੂੜ ਪੜ੍ਹਨਾ, ਕੂੜ ਬੋਲਣਾ ਮਾਇਆ ਨਾਲ ਪਿਆਰ, ਫਿਰ ਸਤਿਗੁਰ ਜੀ ਕਹਿੰਦੇ ਤੁਹਾਡਾ ਮਾਇਆ ਦੇ ਨਾਲ ਪਿਆਰ ਪੈ ਜਾਂਦਾ। ਐਸਾ ਜੀਵ ਜਿਹੜਾ ਮਾਇਆ ਦੇ ਨਾਲ ਪਿਆਰ ਪੈ ਜਾਂਦਾ, ਕਹਿੰਦੇ ਫਿਰ ਐਸੇ ਜੀਵ ਨੂੰ ਛਡਾਉਣ ਵਾਸਤੇ, ਮਾਇਆ ਦਾ ਪਿਆਰ ਤੋੜਨ ਵਾਸਤੇ ਐਸੇ ਸੰਤ, ਐਸੇ ਗੁਰਮੁਖ ਜਨ, ਜੋ ਬਹੁਤ ਹੀ ਸਤਿਕਾਰਯੋਗ ਬਾਪੂ ਸੇਵਾ ਸਿੰਘ ਜੀ ਤਰਮਾਲਾ, ਜਿਨ੍ਹਾਂ ਮਹਾਂਪੁਰਖਾਂ ਨੇ ਗੁਰਮੁਖੋ ਗਿਆਨ ਬਖਸ਼ਿਸ਼ ਕੀਤਾ, ਵੀ ਇਸ ਮਾਇਆ ਦੇ ਨਾਲ ਤੁਹਾਡਾ ਪਿਆਰ ਕਿਵੇਂ ਟੁੱਟਣਾ। ਜਿਵੇਂ ਗੁਰਮੁਖ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਤਰਮਾਲਾ ਆਪਾਂ ਨੂੰ ਸਵੇਰੇ ਹੀ ਗੁਰਮੁਖੋ ਗਿਆਨ ਦੇ ਰਹੇ ਸੀ, ਜਦੋਂ ਤੱਕ ਤੁਹਾਡਾ ਮਨ ਸਿਮਰਨ ਦੇ ਨਾਲ ਨਹੀਂ ਜੁੜਦਾ, ਸਿਮਰਨ ਕਰਕੇ ਤੁਹਾਡਾ ਮਨ ਨਿਰਮਲ ਨਹੀਂ ਹੋ ਜਾਂਦਾ, ਮਨ ਵਿਰਾਗ ਦੀ ਅਵਸਥਾ ਦੇ ਵਿੱਚ ਨਹੀਂ ਜਾਂਦਾ, ਓਨੀ ਦੇਰ ਤੱਕ ਗੁਰਮੁਖੋ ਤੁਹਾਡਾ ਮਨ ਇਹ ਮਾਇਆ ਦੇ ਪਿਆਰ ਨੂੰ ਛੱਡਦਾ ਨਹੀਂ। ਤਾਂ ਹੀ ਉਹਨਾਂ ਦੇ ਬਚਨ ਆਪਾਂ ਗੁਰਮੁਖੋ ਸਰਵਣ ਕੀਤੇ, ਨਾ ਮੈਂ ਜੋਗ ਧਿਆਨ ਚਿੱਤ ਲਾਇਆ, ਬਿਨ ਵੈਰਾਗ ਨਾ ਛੁੱਟ ਸਮਾਇਆ। ਬਿਨਾਂ ਵੈਰਾਗ ਤੋਂ ਗੁਰਮੁਖੋ ਇਹ ਮਾਇਆ ਦਾ ਪਿਆਰ ਛੁੱਟਦਾ ਨਹੀਂ। ਹੁਣ ਇਹ ਵੈਰਾਗ ਕਿਹੋ ਜਿਹਾ ਹੋਵੇ ਗੁਰਮੁਖੋ, ਕਿਉਂਕਿ ਜਿਉਂ ਹੀ ਆਪਾਂ ਸਤਸੰਗਤ ਦੇ ਵਿੱਚ ਆਏ, ਸ਼ਬਦ ਦੇ ਨਾਲ ਮਨ ਨੂੰ ਜੋੜਿਆ, ਅਤੇ ਗੁਰਮੁਖੋ ਸਾਡੇ ਅੰਦਰ ਵਿਰਾਗ ਪੈਦਾ ਹੋ ਗਿਆ, ਅਤੇ ਇਹ ਵਿਰਾਗ ਕਿਹੋ ਜਿਹਾ ਗੁਰਮੁਖ ਦੱਸਦੇ, ਇਹ ਵਿਰਾਗ ਗੁਰਮੁਖੋ ਦੁੱਧ ਦੇ ਉਬਾਲੇ ਵਰਗਾ। ਜਿਵੇਂ ਦੁੱਧ ਦਾ ਉਬਾਲਾ ਆਉਂਦਾ, ਸੰਗਤ ਦੇ ਵਿੱਚ ਆਏ, ਸਿਮਰਨ ਕੀਤਾ, ਉਬਾਲੇ ਵਾਂਗੂ ਇਹ ਵਿਰਾਗ ਉੱਠਿਆ, ਫਿਰ ਗੁਰਮੁਖੋ ਠੰਡਾ ਹੋ ਗਿਆ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਜਦੋਂ ਤੁਹਾਡਾ ਮਨ ਇਹ ਵਿਰਾਗ ਦੀ ਅਵਸਥਾ 'ਚ ਜਾਂਦਾ, ਇਹ ਫਿਰ ਵਿਰਾਗ ਮਾਲਕ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ। ਕਿਹੋ ਜਿਹਾ ਵਿਰਾਗ ਕਰਨਾ, ਉਹ ਬਾਪੂ ਸੇਵਾ ਸਿੰਘ ਜੀ ਤਰਮਾਲਾ ਬੜੀ ਪਿਆਰੀ ਉਦਾਹਰਣ ਦਿੰਦੇ ਇੱਕ ਛੋਟੇ ਬੱਚੇ ਦੀ। ਕਹਿੰਦੇ ਇੱਕ ਛੋਟਾ ਬੱਚਾ ਗੁਰਮੁਖੋ ਜਿਹੜਾ ਆਪਣੇ ਮਾਂ ਪਿਓ ਤੋਂ ਵਿਛੜ ਚੁੱਕਿਆ, ਮਾਂ ਪਿਓ ਤੋਂ ਦੂਰ ਹੋ ਚੁੱਕਿਆ, ਇੱਕ ਮੇਰੇ ਵਰਗਾ ਵੀ ਹੈ, ਜਿਹੜਾ ਚੰਚਲ ਮਾਨੇ, ਜਿਸ ਨੂੰ ਮਾਇਆ ਦੇ ਖਿਡੌਣੇ ਦਿਓ, ਕੋਈ ਚੀਜ਼ ਦਿਓ, ਗੁਰਮੁਖੋ ਚੁੱਪ ਕਰ ਜਾਂਦਾ, ਮਾਤਾ ਪਿਤਾ ਦਾ ਗਿਆਨ ਭੁੱਲ ਜਾਂਦਾ। ਇੱਕ ਉਹ ਬੱਚਾ ਹੈ ਗੁਰਮੁਖੋ ਜਿਹੜਾ ਮਾਂ ਪਿਓ ਤੋਂ ਦੂਰ ਹੋ ਗਿਆ, ਜਿੰਨੇ ਮਰਜ਼ੀ ਮਾਇਆ ਦੇ ਖਿਡੌਣੇ ਦੇਈ ਜਾਓ, ਜਿੰਨਾ ਮਰਜ਼ੀ ਗੁਰਮੁਖੋ ਵਸਤੂਆਂ ਦੇਈ ਜਾਓ, ਪਦਾਰਥ ਦੇਈ ਜਾਓ, ਉਹ ਵਿਰਾਗ ਕਰੀ ਜਾਂਦਾ, ਮਨ ਦੇ ਅੰਦਰ ਲਗਾਤਾਰ ਵਿਰਾਗ ਛੁੱਟੀ ਜਾਂਦਾ, ਵੀ ਜਦ ਤੱਕ ਉਹ ਪਿਤਾ ਪਰਮੇਸ਼ਰ ਮਿਲਦਾ ਨਹੀਂ, ਸਾਡੇ ਮਾਤਾ ਪਿਤਾ ਮਿਲਦੇ ਨਹੀਂ, ਮੈਂ ਚੁੱਪ ਨਹੀਂ ਕਰਦਾ। ਐਸੀ ਅਵਸਥਾ ਦੇ ਵਿੱਚ ਮਾਰੇ ਕਹਿੰਦੇ ਤੁਸੀਂ ਵੀ ਵਿਰਾਗ ਕਰੋ। ਕਿਹੋ ਜਿਹਾ ਵਿਰਾਗ ਕਰਨਾ? ਕਹਿੰਦੇ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਵਾਇਆ, ਹਉ ਰਹਿ ਨਾ ਸਿੱਖਾਂ ਬਿਨ ਦੇਖੇ ਪ੍ਰੀਤਮਾ। ਕਹਿੰਦੇ ਮੈਂ ਨੈਣੀ ਨੀਰ ਵਹਿ ਚੱਲੇ ਜੀਓ, ਇਹੋ ਜਿਹਾ ਕਹਿੰਦੇ ਪਿਆਰ ਕਰੋ, ਤੁਹਾਡੇ ਇਹ ਨੀਰ ਚੱਲਦੀ ਰਹਿਣ, ਤੁਹਾਡਾ ਮਨ ਵਿਰਾਗ ਕਰਦਾ ਰਹੇ।
ਇਹੋ ਜਿਹੀ ਅਵਸਥਾ ਦੇ ਵਿੱਚ ਜਦੋਂ ਤੁਹਾਡਾ ਮਨ ਗੁਰਮੁਖੋਂ ਵਿਰਾਗ ਕਰਦਾ, ਫਿਰ ਸਤਿਗੁਰੂ ਜੀ ਕਹਿੰਦੇ ਮਨ ਇਹ ਬੇਨਤੀਆਂ ਕਰਦਾ, ਇਹ ਜੋਦੜੀਆਂ ਕਰਦਾ ਵਿਛੋੜੇ ਦੇ ਵਿੱਚ ਜਾ ਕੇ, ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂ ਗਏ, ਹੋ ਤੁਮਰੀ ਕਰੋ ਨਿਤਿਆਸ, ਪ੍ਰਭ ਮੋਹੇ ਕਬ ਗੜ ਲਾਵੇਂਗੇ। ਜਦੋਂ ਇਹ ਬੇਨਤੀਆਂ ਕਰਦਾ ਗੁਰਮੁਖੋਂ ਵਿਰਾਗ ਦੇ ਵਿੱਚ ਜਾ ਕੇ, ਜੋਦੜੀਆਂ ਦੇ ਵਿੱਚ ਜਾ ਕੇ, ਸਤਿਗੁਰੂ ਜੀ ਕਿਰਪਾ ਕਰੋ, ਬੜੇ ਜਨਮ ਹੋ ਗਏ ਤੁਹਾਡੇ ਤੋਂ ਵਿਛੜਿਆਂ ਨੂੰ, ਹੁਣ ਤੁਹਾਡਾ ਇਹ ਵਿਛੋੜਾ ਸਿਹਾ ਨਹੀਂ ਜਾਂਦਾ, ਇਹ ਵਿਛੋੜੇ ਦਾ ਦੁੱਖ ਲੱਗਿਆ। ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਜਦੋਂ ਇਹ ਵਿਛੋੜੇ ਦਾ ਦੁੱਖ ਲੱਗ ਜਾਂਦਾ ਫਿਰ ਇੱਕੋ ਹੀ ਬੇਨਤੀ ਕਰਦਾ, ਬਿਣਤ ਦੋਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਇਹ ਵਿਛੋੜੇ ਦੀ ਜਿਹੜਾ ਭੁੱਖ ਲੱਗੀ ਨਾ, ਇਹ ਖਤਮ ਹੋ ਜੇ। ਤੇ ਆਓ ਗੁਰਮੁਖੋ, ਸਤਿਗੁਰ ਦੀ ਬਾਣੀ ਦੇ ਵਿੱਚ ਜਦੋਂ ਆਪਾਂ ਸਤਸੰਗਤ ਦੇ ਵਿੱਚ ਆ ਜਾਂਦੇ ਹਾਂ, ਸਤਸੰਗਤ ਦੇ ਵਿੱਚ ਬੈਠ ਕੇ ਸ਼ਬਦ ਦੀ ਕਮਾਈ ਕਰਦੇ ਹਾਂ, ਸਾਡਾ ਮਨ ਮਾਇਆ ਤੋਂ ਉੱਤੇ ਉੱਠਦਾ। ਇਹ ਮਾਇਆ ਤੋਂ ਉੱਤੇ ਉੱਠ ਕੇ ਜਿਵੇਂ ਉਸ ਮਾਲਕ ਨਿਰੰਕਾਰ ਨੂੰ ਬੇਨਤੀਆਂ ਜੋਦੜੀਆਂ ਕਰਦਾ, ਸਤਿਗੁਰ ਜੀ ਕਿਰਪਾ ਕਰੋ ਸਾਡੇ ਪਾਪੀਆਂ ਜੀਵਾਂ ਨੂੰ, ਸਾਡੇ ਅਵਗਣਾ ਭਰਿਆਂ ਨੂੰ ਤੁਸੀਂ ਗੱਲ ਦੇ ਨਾਲ ਲਾਓ, ਸਾਨੂੰ ਦਰਸ਼ਨ ਦਿਓ। ਆਓ ਅਜਿਹੀਆਂ ਅਰਜੋਈਆਂ ਬੇਨਤੀਆਂ ਜਿਵੇਂ ਇਹ ਮਨ ਕਰਦਾ, ਉਹਨਾਂ ਬੁੱਲਾਂ ਨੂੰ ਬਿਆਨ ਕਰਦੀ ਹੋਈ ਕਵਿਤਾ ਗੁਰਮੁਖਾਂ ਦੇ ਢਾਡੀ ਜਥੇ ਪਾਸੋਂ ਹੇਠ ਇਉਂ ਸਰਵਣ ਕਰੋ। ਕੜੀ ਨਾ ਮਿਲਦੇ ਤਾਂ ਕਲਯੁਗ ਹੋਤਾ, ਇੱਕ ਕੜੀ ਨਾ ਮਿਲਦੇ ਤਾਂ ਕਲਯੁਗ ਹੋਤਾ। ਜਪੋ ਜੀ ਵਾਹਿਗੁਰੂ, 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 ਜਪੋ ਵਾਹਿਗੁਰੂ, ਵਾਹਿਗੁਰੂ, ਵਾਹਿ ਗੜ ਲਾਵੇਂਗਾ।
ਇੱਕ ਕੜੀ ਨਾ ਮਿਲਦੇ ਸੀ ਤਾਂ ਕਲਯੁਗ ਹੋ ਜਾਂਦਾ। ਕਈ ਚਿਰਾਂ ਤੋਂ ਵਿਛੜੇ ਹਾਂ ਹੁਣ ਰਿਹਾ ਨਹੀਂ ਜਾਂਦਾ। ਇੱਕ ਕੜੀ ਨਾ ਮਿਲਦੇ ਸੀ ਤਾਂ ਕਲਯੁਗ ਹੋ ਜਾਂਦਾ। ਕਈ ਚਿਰਾਂ ਤੋਂ ਵਿਛੜੇ ਹਾਂ ਹੁਣ ਰਿਹਾ ਨਹੀਂ ਜਾਂਦਾ। ਇਸ ਜਿੰਦ ਨਿਮਾਣੀ ਤੜ ਪਾਵੇਂਗਾ ਕਬ ਗੱਲ ਲਾਵੇਂਗਾ ਮਾਲਕਾ ਕਬ ਗੱਲ ਲਾਵੇਂਗਾ। ਕਬ ਗੱਲ ਲਾਵੇਂਗਾ ਮਾਲਕਾ ਕਬ ਗੱਲ ਲਾਵੇਂਗਾ। ਲਿਵ ਤੇਰੇ ਨਾਲੋਂ ਟੁੱਟ ਗਈ, ਲਿਵ ਤੇਰੇ ਨਾਲੋਂ ਟੁੱਟ ਗਈ, ਬੋਲ ਮਾੜੇ ਬੋਲ ਕੇ ਇਹਨਾਂ ਪੰਜਾ ਦੂਤਾਂ ਨੇ ਰੱਖ ਦਿੱਤਾ ਰੋਲ ਕੇ। ਖੇੜਾ ਇਹਨਾਂ ਪੰਜਾਂ ਤੋਂ, ਇਹਨਾਂ ਪੰਜਾਂ ਤੋਂ ਮੇਰਾ ਕਦ ਛੁਡਵਾਵੇਂਗਾ। ਰੱਬ ਗੱਲ ਲਾਵੇਂਗਾ ਮਾਲਕਾ ਗੱਲ ਲਾਵੇਂਗਾ। ਕਬ ਗੱਲ ਲਾਵੇਂਗਾ ਮਾਲਕਾ ਕਬ ਗੱਲ ਲਾਵੇਂਗਾ। ਵਾਹਿਗੁਰੂ 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 ਵਾਹਿਗੁਰੂ। ਸੰਗਤ ਜੋ ਸੰਤਾਂ ਪਈ ਵਸਦਾ ਏ, ਉਹਨਾਂ ਦੇ ਰਾਹੀਂ ਭੇਦ ਆਪਣੇ ਦੱਸਦਾ ਹੈ। ਸੰਗਤ ਜੋ ਸੰਤਾਂ ਦੀ ਵਿੱਚ ਪਈ ਵਸਦਾ ਏ, ਉਹਨਾਂ ਦੇ ਰਾਹੀਂ ਭੇਦ ਆਪਣੇ ਦੱਸਦਾ ਹੈ। ਐਸੇ ਗੁਰਬਾਣੀ ਜੋ ਗੁਰੂਆਂ ਦੀ ਤੇਰਾ ਭੇਦ ਬਤਾਉਂਦੀ ਹੈ। ਪੜ੍ਹ ਪੜ੍ਹ ਕੇ ਥੱਕੇ ਹਾਂ ਪਰ ਸਮਝ ਨਾ ਆਉਂਦੀ ਹੈ। ਇਹਨਾਂ ਗੁਜੀਆਂ ਰਮਜਾਨੂ
ਵਾਹਿਗੁਰੂ 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 ਮੈਂ ਸੁਣਿਆ ਸੰਤਾਂ ਤੋਂ ਤੂੰ ਅਨਭਉ ਪ੍ਰਕਾਸ਼ ਹੈ ਸੁਣਿਆ ਸੰਤਾਂ ਤੋਂ ਤੂੰ ਅਨਭਉ ਪ੍ਰਕਾਸ਼ ਹੈ ਨਾ ਰੂਪ ਨਾ ਰੇਖ ਕੋਈ ਨਾ ਜਾਤ ਪਾਤ ਹੈ ਉਸ ਸੱਚ ਸਰੂਪ ਦੇ ਕਦ ਦਰਸ ਦਿਖਾਵੇਗਾ ਕਬ ਗਲ ਲਾਵੇਗਾ ਮਾਲਕਾ ਕਬ ਗਲ ਲਾਵੇਗਾ ਕਬ ਗਲ ਦਰ ਤੇ ਟਾਡੀ ਵੀ ਖੜ ਅਰਜਾਂ ਕਰਦੇ ਨੇ ਝਲਕ ਦੀਦਾਰ ਦੀ ਪਾਉਣੇ ਲਈ ਮਰਦੇ ਨੇ ਹੁਣ ਖੋਲ ਕਿਵਾੜ ਨੂੰ ਕਦ ਮੈਲ ਬੁਲਾਵੇਗਾ ਕਬ ਗਲ ਮਿਲਣ ਵਾਲਿਆ ਵੇ ਤੂੰ ਹੀ ਓ ਦੱਸ ਦੇ ਕਿੰਜ ਮਿਲਣਾ ਜੇ ਵਿਛੜੇ ਹੀ ਮਰ ਗਏ ਤਾਂ ਪੈਰੂ ਜੂਨਾ ਵਿੱਚ ਰੁਲਣਾ ਕਈ ਜੁਗਾਂ ਤੋਂ ਮਗਰੋਂ ਮਾਨਸ ਜਮ ਹੱਥ ਆਵੇਗਾ ਕਬ ਗਲ ਲਾਵੇਗਾ ਬਾਲਕਾ ਕਬ ਗਲ ਲਾਵੇਗਾ ਕਬ ਗਲ ਸਤਸੰਗਤ ਜੀ ਇਸ ਤਰੀਕੇ ਦੇ ਨਾਲ ਜਦੋਂ ਸੰਗਤ ਦੇ ਵਿੱਚ ਆ ਕੇ ਸਾਡਾ ਜਿਹੜਾ ਮਨ ਹੈ ਇਹ ਵਿਰਾਗੀ ਹੋ ਜਾਂਦਾ
ਫਿਰ ਇਹਦੇ ਅੰਦਰ ਉਸ ਮਾਲਕ ਨੂੰ ਦੇਖਣ ਦਾ ਚਾਅ ਪੈਦਾ ਹੁੰਦਾ, ਇੱਕ ਤਾਂਘ ਪੈਦਾ ਹੁੰਦੀ ਏ ਵੀ ਕਿਹੜਾ ਵੇਲਾ ਆਵੇ, ਉਹ ਕਿਹੜਾ ਸਮਾਂ ਆਵੇ, ਮਾਲਕ ਸਾਡੇ 'ਤੇ ਦਇਆ ਕਰਦੇ, ਸਾਨੂੰ ਦਰਸ਼ਨ ਦੇ ਦੇ। ਫਿਰ ਐਸੀ ਅਵਸਥਾ ਦੇ ਵਿੱਚ ਗੁਰਮੁਖੋ ਮਨ ਚੱਲ ਜਾਂਦਾ, ਜੇ ਸੁੱਖ ਆ ਜਾਏ ਫਿਰ ਵੀ ਉਹਨੂੰ ਚੇਤੇ ਕਰਦਾ ਰਹਿੰਦਾ ਵੀ ਮਾਲਕ ਕਿਸ ਵੇਲੇ ਸਾਨੂੰ ਦਰਸ਼ਨ ਦੇ ਦੇ, ਉਹ ਸਮਾਂ ਆ ਜਾਏ। ਜੇ ਸੁੱਖ ਦਿੰਦਾ ਫਿਰ ਵੀ ਉਹਨੂੰ ਚੇਤੇ ਕਰੀ ਜਾਂਦਾ, ਜੇ ਦੁੱਖ ਆਉਂਦਾ ਫਿਰ ਵੀ ਉਹਦੇ ਗੁਣ ਗਾਈ ਜਾਂਦਾ। ਇਹ ਨਿਸ਼ਾਨੀ ਹੈ ਗੁਰਮੁਖੋ ਜਿਹੜੇ ਮਿਲਣਾ ਚਾਹੁੰਦੇ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਤੜਫ ਹੈ, ਵਿਰਾਗ ਹੈ। ਸਤਿਗੁਰੂ ਜੀ ਸਾਨੂੰ ਉਹਨਾਂ ਦੀ ਅਵਸਥਾ ਸਮਝਾ ਰਹੇ, ਕਹਿੰਦੇ ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ। ਕਹਿੰਦੇ ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ। ਜਦੋਂ ਐਸੀ ਅਵਸਥਾ ਸਾਡੇ ਮਨਾਂ ਦੀ ਗੁਰਮੁਖੋ ਬਣ ਜਾਂਦੀ ਹੈ, ਮਾਲਕ ਸਾਡਾ ਇਹ ਤੜਫ ਇਹ ਵਿਰਾਗ ਦੇਖਦਿਆਂ ਹੋਇਆਂ ਵੀ ਬੱਚੇ ਨੇ ਇਹ ਪ੍ਰੇਮ ਦਾ ਇੱਕ ਕਦਮ ਤੇ ਪੁੱਟ ਲਿਆ ਨਾ, ਤੇ ਫਿਰ ਗੁਰਮੁਖੋ ਇਹ ਇੱਕ ਕਦਮ ਪੁੱਟੇ ਹੋਏ ਤੇ ਸਾਨੂੰ ਅੱਗੋਂ ਲੈਣ ਆ ਜਾਂਦਾ, ਕਿਉਂਕਿ ਉਹ ਪਿਆਰ ਦਾ ਹੀ ਗੁਰਮੁਖੋ ਭੁੱਖਾ ਹੈ, ਇਹ ਪ੍ਰੇਮ ਦਾ ਹੀ ਭੁੱਖਾ ਹੈ ਵੀ ਅਸੀਂ ਪਿਆਰ ਕਿੰਨਾ ਕੁ ਕਰ ਰਹੇ ਹਾਂ, ਉਹਦੀ ਸ਼ਰਨ ਦੇ ਵਿੱਚ ਕਿੰਨਾ ਕੁ ਜਾ ਰਹੇ ਹਾਂ। ਤੇ ਜਦੋਂ ਸਾਡਾ ਮਨ ਗੁਰਮੁਖੋ ਇਹ ਇੱਕ ਪੈਰ ਪੁੱਟਦਾ ਪ੍ਰੇਮ ਦਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਉਹ ਫਿਰ ਗੁਰਮੁਖੋ ਗੱਲ ਦੇ ਨਾਲ ਲਾ ਲੈਂਦਾ, ਫਿਰ ਸਾਡੇ 'ਤੇ ਤਰਸ ਕਰਦਾ, ਰਹਿਮਤ ਕਰਦਾ। ਐਸੇ ਗੁਰਮੁਖ ਜਨਾਂ ਦਾ ਸੰਗ ਮਿਲਾਉਂਦਾ ਜਿਹੜੇ ਗੁਰਮੁਖੋ ਫਿਰ ਸਾਡੇ 'ਤੇ ਕਿਰਪਾ ਕਰਦੇ ਨੇ, ਉਹ ਸਾਡਾ ਸਿੱਧਾ ਉਸ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰਾ ਦਿੰਦੇ ਨੇ, ਸਾਡਾ ਇਹ ਤੜਫ ਇਹ ਵਿਰਾਗ ਵੇਖ ਕੇ। ਜੋ ਸਤਿਗੁਰਾਂ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਗੁਰਮੁਖੋ ਫਲ ਗੁਣ ਆਨੰਦ ਉਪਾਰਜਣਾ, ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਉਹ ਫਿਰ ਗੁਰਮੁਖੋ ਮਿਲਾਪ ਕਰਾ ਦਿੰਦੇ ਨੇ। ਸੋ ਐਸੀ ਤੜਫ ਐਸਾ ਵਿਰਾਗ ਸਾਡੇ ਮਨਾਂ ਦੇ ਅੰਦਰ ਵੀ ਚੱਲ ਜੇ, ਜਿਹੜੇ ਪਿਆਰੇ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਚਾਹੁੰਦੇ ਨੇ, ਜਿਹੜੇ ਚਾਹੁੰਦੇ ਨੇ ਵੀ ਗੁਰੂ ਸਾਡੇ 'ਤੇ ਕਿਰਪਾ ਕਰੇ, ਸਾਨੂੰ ਉਹ ਨੇੜੇ ਕਰਕੇ ਵਿਖਾ ਦੇ, ਇਹੋ ਜਿਹਾ ਵਿਰਾਗ ਇਹੋ ਜਿਹੀ ਤੜਫ ਲੈ ਕੇ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਜਾਵਾਂਗੇ, ਉਹ ਫਿਰ ਗੁਰਮੁਖੋ ਸਾਡੇ 'ਤੇ ਕਿਰਪਾ ਕਰਨਗੇ। ਹੋ ਕਿਰਪਾਲ ਗੁਰ ਲਾਇਓ ਪਾਰਦਾ, ਮਿਲਿਓ ਲਾਲ ਮਨ ਹਰੀਆ, ਫਿਰ ਗੁਰਮੁਖੋ ਉਹ ਮਾਲਕ ਸਾਨੂੰ ਦਰਸ਼ਨ ਦਿੰਦਾ। ਐਸਾ ਪ੍ਰੇਮ ਦਾ ਖੇਡ ਸਾਨੂੰ ਸਮਝਾਇਆ ਗੁਰਮੁਖੋ ਸਾਡੇ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਅਤੇ ਉਹਨਾਂ ਵੱਲੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ, ਜਿਹੜਾ ਇਹ ਪ੍ਰੇਮ ਦੇ ਮਾਰਗ 'ਤੇ ਤੋਰ ਕੇ ਸਾਡਾ ਉਹ ਸੱਚ ਨਿਰੰਕਾਰ ਦੇ ਨਾਲ ਮਿਲਾਪ ਕਰਾ ਰਹੇ ਨੇ ਅਤੇ ਗਿਆਨ ਦੇ ਰਹੇ ਨੇ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੇ ਮਾਰਗ 'ਤੇ ਚੱਲ ਪਓ ਅਤੇ ਆਪਣੇ ਉਸ ਮਾਲਕ ਪ੍ਰੀਤਮ ਦੇ ਨਾਲ ਮਿਲਾਪ ਕਰ ਲਓ। ਸੋ ਇੰਨੀਆਂ ਹਾਜ਼ਰੀਆਂ ਗੁਰਮੁਖੋ ਪ੍ਰਵਾਨ ਕਰਨੀਆਂ, ਇੰਨੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਬਹੁਤ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਸਮੁੱਚੀਆਂ ਸੰਗਤਾਂ ਦਾ, ਐਸੇ ਪਰਉਪਕਾਰੀ ਜੀਵਾਂ ਦਾ, ਗੁਰਮੁਖ ਜਨਾਂ ਦਾ, ਬਾਪੂ ਸੇਵਾ ਸਿੰਘ ਜੀ ਤਰਮਾਲਾ ਅਤੇ ਉਹਨਾਂ ਵੱਲੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ, ਜਿਨ੍ਹਾਂ ਦੀ ਲਾਈ ਹੋਈ ਸੇਵਾ 'ਤੇ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਹਾਂ। ਸੋ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਇੱਕ ਵਾਰੀ ਫਿਰ ਖਿਮਾ ਦੇ ਜਾ ਚੱਕਾਂ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਸ੍ਰੀ ਅਕਾਲ।